ਅਸਲਾਮ ਅਲੈਕਮ ਜੀ ਵੈਲਕਮ ਕਰਦੀ ਹਾਂ ਤੁਹਾਨੂੰ ਨਵੇਂ ਅੱਜ ਦੇ ਵਲੌਗ ਚ ਜੀ ਐਪੀਸੋਡ ਨੰਬਰ 3 ਤੇ ਪੈਣ ਦੇ ਕਰੂ ਹੈ ਮੇਰਾ ਤੀਸਰਾ ਵਲੌਗ ਹੈ ਜਿਹੜਾ ਅਪਲੋਡ ਹੋਏਗਾ ਇਨਸ਼ਾਅੱਲਾ ਤੇ ਜਨਾਬ ਅੱਜ ਦਾ ਵਲੌਗ ਬਹੁਤ ਹੀ ਜ਼ਬਰਦਸਤ ਕਮਾਲ ਦਾ ਐਸ ਵਾਸਤੇ ਵੀ ਹੈ ਤੇ ਅੱਜ ਦਾ ਵਲੌਗ ਜਿਹੜਾ ਇਹ ਥੋੜਾ ਦਾਵਤ ਵਲੌਗ ਹੈ ਤੇ ਤੁਹਾਨੂੰ ਬਹੁਤ ਮਜ਼ਾ ਆਏਗਾ ਬਹੁਤ ਜ਼ਬਰਦਸਤ ਇਹ ਡਿਸ਼ਾ ਬਣਨਗੀਆਂ ਤੋ ਚਲੋ ਜੀ ਵਲੌਗ ਸਟਾਰਟ ਕਰਦੇ ਆ ਜੀ ਇੱਥੇ ਜੀ ਸਵੇਰ ਅਰਲੀ ਮਾਰਨਿੰਗ ਜਿਹੜੀ ਇਹ ਬਾਰਿਸ਼ ਜਿਹੜੀ ਇਹ ਸ਼ਿੱਦਤ ਕਿਸਮ ਦੀ ਬਾਰਿਸ਼ ਸਟਾਰਟ ਹੋ ਗਈ ਸੀ ਬਹੁਤ ਹਬਸ ਸਾਰੀ ਰਾਤ ਇਤਨੀ ਸ਼ਿੱਦਤ ਗਰਮੀ ਸੀ ਕਿ ਜਿੱਦਾਂ ਕੋਈ ਹੱਦ ਨਹੀਂ ਜਿੱਦੀ ਕੋਈ ਹੱਦ ਨਹੀਂ ਤੇ ਜਨਾਬ ਇੱਥੇ ਜਿਹੜਾ ਇਹ ਮੌਸਮ ਹੁਸ਼ਕੁਵਾਰ ਹੋਣ ਦੀ ਤਿਆਰੀ ਚ ਸੀ ਤੇ ਅਸੀਂ ਸਾਰੇ ਜਿਹੜੇ ਆ ਅਸੀਂ ਖੁਸ਼ੀ ਦੇ ਮਾਰੇ ਟਰੈਸ ਤੇ ਆ ਕੇ ਖੜੇ ਹੋਗੇ ਤੇ ਬਸ ਇਹ ਵੇਖੋ ਜੀ ਹਾਡੇ ਖਲੋਤੇ ਖਲੋਤੇ ਜਿਹੜੀ ਉਹ ਬਾਰਿਸ਼ ਜਿਹੜੀ ਇਹ ਸਟਾਰਟ ਹੋ ਗਈ ਤੇ ਹਵਾ ਤੇਜ਼ ਔਰ ਯਕੀਨ ਕਰੋ ਕਿ ਜਦੋਂ ਬਾਰਿਸ਼ ਸਟਾਰਟ ਹੁੰਦੀ ਹੈ ਉਹਦੇ ਨਾਲ ਅਗਰ ਹਵਾ ਵੀ ਹੋਏ ਤੇ ਫੇਰ ਹੀ ਮੌਸਮ ਜਿਹੜਾ ਇਹ ਬਿਹਤਰੀਨ ਹੁੰਦਾ ਹੈ ਤੇ ਮੌਸਮ ਚੇਂਜ ਵੀ ਹੁੰਦਾ ਹੈ ਵਰਨਾ ਜਿਹੜੀ ਉਹ ਹਬਸ ਹੋ ਕੇ شدید ਜਿਹੜੀ ਉਹ ਗਰਮੀ ਮਜ਼ੀਦ ਹੋ ਜਾਂਦੀ ਹੈ ਅੱਛਾ ਤੇ ਇੱਥੇ ਤੁਸੀਂ ਜਿਹੜੀ ਉਹ ਪਾਣੀ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਬਾਰਿਸ਼ ਕਿੰਨੀ ਸ਼ਦੀਦ ਹੋਈ ਸੀ ਔਰ ਮੌਸਮ ਬਹੁਤ ਅੱਛਾ ਹੋ ਗਿਆ ਸੀ ਅੱਛਾ ਦਾਵਤ ਵਲਾਗ ਹੈ ਵੀ ਕਿ ਵੱਡੇ ਵਹੀਰ ਭਾਈ ਨੇ ਜਿਹੜਾ ਵਾਪਸ ਜਾਣਾ ਸੀ ਤੇ ਉਹਨਾਂ ਨੇ ਜਾਣ ਤੋਂ ਪਹਿਲੇ ਜਿਹੜਾ ਨਾ ਸਿਸਟਰ ਨੇ ਉਹਨਾਂ ਸਭ ਦੀ ਜਿਹੜੀ ਹੈ ਜਿਹੜਾ ਇਹਨਾਂ ਖਾਣਾ ਜਿਹੜਾ ਸੀ ਉਹ ਕੀਤਾ ਸੀ ਤੇ ਖਾਣੇ ਚੀਜ਼ੀ ਇੱਥੇ ਜੀ ਬਾਰਬੀਕਿਊ ਦੀ ਦਾਵਤ ਸੀ ਤੇ ਜਿਹਦੇ ਨਾਲ ਸਿਰਫ ਅਸੀਂ ਜਿਹੜਾ ਘਰ ਤਿਆਰ ਕਰਨਾ ਸੀ ਉਹ ਸੀ ਜੀ ਮਤੰਜਨ ਤੇਜੀ ਕਸਟਰਡ ਬਣਾਇਆ ਸੀ ਤੇ ਨਾਲ ਨਾਲ ਜਿਹੜਾ ਇਹ ਅਸੀਂ ਬਣਾਏ ਸੀ ਰਸ਼ੀਅਨ ਸੈਲਡ ਤੇ ਇੱਥੇ ਜਿਹੜੀ ਉਹ ਰਸ਼ੀਅਨ ਸੈਲਡ ਦੀ ਜਿਹੜੀ ਉਹ ਤਿਆਰੀ ਹੋ ਰਹੀ ਹੈ ਸਾਸਲ ਅਦਰ ਜੋੜਾ ਦੂਸਰਾ ਸੈਲਡ ਹੁੰਦਾ ਹੈ ਉਹ ਉਹਦੀ ਤਿਆਰੀ ਹੋ ਰਹੀ ਸੀ ਇੱਥੇ ਜਿਹੜਾ ਅਮਲਾ ਥੋੜਾ ਜ਼ਿਆਦਾ ਹੋ ਗਿਆ ਸੀ ਆਈ ਮੀਨਸ ਕਿ ਕੰਮ ਕਰਨ ਵਾਲੇ ਬੋਤੇ ਸੰਦੇ ਕੰਮ ਸੰ ਥੋੜੇ ਕਿਉਂਕਿ ਜਿਹੜਾ ਬਾਰਬੀਕਿਊ ਸੀ ਉਹਦਾ ਆਰਡਰ ਅਸੀਂ ਬਾਹਰ ਦਿੱਤਾ ਹੋਇਆ ਸੀ ਮੈਰੀਨੇਟ ਵੀ ਹੋਈ ਕਰਨਗੇ ਮੈਰੀਨੇਟ ਕਰਕੇ ਲਿਆ ਕੇ ਸੈਟਅਪ ਲਗਾ ਕੇ ਬਾਰਬੀਕਿਊ ਬਣਾ ਕੇ ਰੋਟੀ ਸਲਾਦ ਅਤੇ ਰੋਟੀ ਸਲਾਦ ਅਤੇ ਜਿਹੜਾ ਇਹਨਾਂ ਰਾਇਤੇ ਦੇ ਨਾਲ ਤੁਹਾਨੂੰ ਸਰਵ ਵੀ ਕਰਦੇ ਨੇ ਬੜਾ ਜ਼ਬਰਦਸਤ ਸਿਸਟਮ ਬਹੁਤ ਅੱਛਾ ਔਰ ਬਹੁਤ ਮਜ਼ੇਦਾਰ ਐ ਸਿਸਟਮ ਰਿੰਦਾ ਇਹ ਘਾਰ ਵਿੱਚ ਕੋਈ ਟੈਨਸ਼ਨ ਕੋਈ ਉਹ ਨਹੀਂ ਹੁੰਦੀ ਕਿ ਤੁਸੀਂ ਜਿਹੜਾ ਇੰਝ ਲੱਗਦਾ ਕਿਸੇ ਰੈਸਟੋਰੈਂਟ ਜਾ ਕੇ ਜਿਹੜਾ ਇਹ ਖਾਣਾ ਇਹ ਤੇ ਬਸ ਅਸੀਂ ਜਿਹੜਾ ਨਾ ਥੋੜੀ ਅਦਰ ਡਿਸ਼ਸ ਦੇ ਵਿੱਚ ਜਿਹੜਾ ਇਹ ਚੀਜ਼ਾਂ ਸਿਲੈਕਟ ਕੀਤੀਆਂ ਇੱਥੇ ਅਸੀਂ ਜਿਹੜੇ ਆ ਫਲ ਸ਼ਲ ਜਿਹੜੇ ਆ ਉਹ ਵੀ ਕੱਟੇ ਜਾ ਰਹੇ ਨੇ ਨਾਲ ਨਾਲ ਜਿਹੜਾ ਇਹ ਮਤੰਜਨ ਦੀ ਤਿਆਰੀ ਕਰ ਰਹੇ ਹਾਂ ਕਿਉਂਕਿ ਮਤੰਜਨ ਜਿਹੜਾ ਏ ਉਹ ਆਦਮੀਆਂ ਨੂੰ ਬਹੁਤ ਪਸੰਦ ਹੁੰਦਾ ਏ ਤੇ ਸਿਸਟਰ ਦੇ ਜਿਹੜੇ ਜੀਅ ਸਨ ਦੇਵਰ ਸਨ ਉਹਨਾਂ ਨੂੰ ਵਾਸਤੇ ਤੇ ਭਾਈ ਲੋਗਾਂ ਵਾਸਤੇ ਜਿਹੜਾ ਏ ਉਹ ਅਸੀਂ ਮਤੰਜਨ ਬਣਾ ਰਹੇ ਸਨ ਹੈ ਅਸੀਂ ਕੁੜੀਆਂ ਛੁੜੀਆਂ ਜਿਹੜੀਆਂ ਵਾ ਅਸੀਂ ਜਿਹੜਾ ਇਹਨਾਂ ਵਿੱਚ ਮਿੱਠਾ ਜਿਹਾ ਕਾਟੀ ਖਾਂਦੇ ਅਸੀਂ ਜਿਹੜਾ ਏ ਜ਼ਿਆਦਾ ਰਸ਼ੀਅਨ ਸੈਲਡਾ ਉਹ ਸ਼ੋਗਨਾ ਜਿਹੜਾ ਅਸੀਂ ਖਾਦਾ ਸੀ ਅੱਛਾ ਸਵੇਰ ਸਵੇਰ ਜਿਹੜਾ ਨਾ ਮੈਂ ਜਦੋਂ ਬਾਰਿਸ਼ ਦੇ ਜਿਹੜੇ ਕਲਿੱਪ ਸ਼ੂਟ ਕੀਤੇ ਸਨ ਉਸੇ ਟਾਈਮ ਜਿਹੜਾ ਕਸਟਰਡ ਬਣਾ ਕੇ ਮੈਂ ਫ੍ਰਿਜ 'ਚ ਰੱਖ ਦਿੱਤਾ ਸੀ ਤੇ ਬਸ ਜੀ ਨਾਸ਼ਤਾ ਜਿਹੜਾ ਸੀ ਉਹ ਅੱਜ ਅਸੀਂ ਥੋੜਾ ਜਿਆ ਅਸੀਂ ਹਲਕਾ ਫੁਲਕਾ ਹੀ ਰੱਖਿਆ ਸੀ ਮੌਸਮ ਬਹੁਤ ਅੱਛਾ ਸੀ ਅਸੀਂ ਜਿਹੜਾ ਨਾ ਅੰਡਾ ਬ੍ਰੈਡ ਦਾ ਨਾਸ਼ਤਾ ਕੀਤਾ ਤੇ ਬਸ ਉਸ ਤੋਂ ਬਾਅਦ ਜਿ ਸਫਾਈਆਂ ਵਗੈਰਾ ਚ ਲੱਗ ਗਏ ਅਸੀਂ ਤੇ ਨਾਲ ਜਿਹੜਾ ਇਹ ਇੱਧਰ ਜਿਹੜੀ ਹੈ ਬਾਕੀ ਚੀਜ਼ਾਂ-ਚੀਜ਼ਾਂ ਗ੍ਰੋਸਰੀ ਵਗੈਰਾ ਲੈਣ ਚਲੇਗੇ ਸੀ ਅੱਛਾ ਉਹਨਾਂ ਚੀਜ਼ਾਂ ਜਿਹੜੇ ਮੈਂ ਕਲੀਪ ਜਿਹੜੇ ਸ਼ੂਟ ਨਹੀਂ ਹਾਂ ਕਰ ਪਾਈ ਤੇ ਬਸ ਛੋਟੇ-ਛੋਟੇ ਕਲੀਪ ਜਿਹੜੇ ਹੈ ਨੇ ਉਹਨਾਂ ਨੂੰ ਐਕਸੈਪਟ ਕਰਿਓ ਤੇ ਪਿਆਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ ਚੈਨਲ ਨੂੰ अच्छा जी एथे देखो जी ਮਤੰਜਨ ਰੈਡੀ ਹੋ ਗਿਆ ਹੈ ਮਤੰਜਨ ਦੇ ਵਿੱਚ ਜਿਹੜਾ ਹੁਣ ਕਲਰ ਵਗੈਰਾ ਐਡ ਕੀਤੇ ਜਾਣਗੇ ਜਿਹੜੇ ਚਾਵਲ ਜਿਹੜੇ ਸਨ ਨਾ ਉਹ ਕੱਢੇ ਸਨ ਉਹਨਾਂ ਵਿੱਚ ਸਾਰੇ ਜਿਹੜੇ ਕਲਰ ਐਡ ਕਰਕੇ ਤੇ ਜਿਹੜਾ ਨਾ ਮਤੰਜਨ ਦੇ ਉੱਤੇ ਜਿਹੜਾ ਨਾ ਸਪਰੈਡ ਕੀਤਾ ਜਾਏਗਾ ਅੱਛਾ ਇਹ ਮਤੰਜਨ ਜਿਹੜਾ ਹੈ ਨਾ ਮੇਰੀ ਸਿਸਟਰ ਦੇ ਜਠਾਨੀ ਜਿਹੜੇ ਸਨ ਉਹ ਬਣਾ ਰਹੇ ਸਨ ਉਹ ਬਹੁਤ ਵਧੀਆ ਮਤੰਜਨ ਬਣਾਉਂਦੇ ਨੇ ਤੇ ਉਹਨਾਂ ਨੇ ਜਿਹੜਾ ਬੜਾ ਸਬਦਸ ਮਤੰਜਨ ਬਣਾਇਆ ਸੀ ਨਾਲ ਇੱਥੇ ਜਿਹੜਾ ਇਹ ਸੈਲਡ ਤਿਆਰ ਹੋ ਰਿਹਾ ਸੀ ਔਰ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ ਕਿ ਤੁਹਾਨੂੰ ਇਹਨਾਂ ਡਿਸ਼ਾਂ ਵਿੱਚੋਂ ਸਭ ਤੋਂ ਤੁਹਾਡੀ ਜਿਹੜੀ ਫੇਵਰਿਟ ਉਹ ਕਿਹੜੀ ਡਿਸ਼ ਸੀ ਅੱਛਾ ਇੱਥੇ ਮਤੰਜਨ ਨੂੰ ਜਿਹੜਾ ਨਾ ਦਮਸ਼ਾ ਮਲਾਂ ਦੀ ਵੀ ਤਿਆਰੀ ਹੋ ਰਹੀ ਹੈ ਨਾਲ ਜਿਹੜਾ ਰਸ਼ੀਅਨ ਸੈਲਡ ਹੈ उन्होंने मिक्स कर भी दिता भैन ने क्लिप नहीं ले ठीक है तो भैन थोड़ी इंजद हुई है अच्छा फ्रूट सारा मैंने ही काटा था लेकिन क्लिप भी बनाए थे लेकिन क्लिप पता नहीं डिलीट हो गए कहाँ चले गए समझ नहीं आई अच्छा इतने ज मिठे चावलों मिक्स कर बाद इतने पा देते हैं ड्राई फ्रूट तो वो जे कलर मिक्स किए ने पा देने अच्छा मतंजन बहुत ही जबरदस्त बना था अच्छा मैं इतने शौक से नहीं खाती लेकिन थोड़ा सा मैंने भी चखा था और बहुत अच्छा बना था सब ने बहुत शौक से खाया था अच्छा इसके ऊपर जो हमने सारे जो कलरफुल चावल ਆਦੀ ਤੇ ਇਸ ਕੇ ਬਾਅਦ ਇਸ ਕੋ ਦੇ ਦਿਆ ਥਾ ਦਮ ਔਰ ਦਮ ਦੇਨੇ ਕੇ ਸਾਥ ਸਾਥ ਇਸ ਕੋ ਜੋ ਹੈ ਫਿਰ ਹਮਨੇ ਤਵੇ ਤੇ ਸ਼ਿਫਟ ਕੀਆ ਔਰ ਲੋ ਫਲੇਮ ਤੇ ਜਿਹੜਾ ਨਾ ਇਹਨੂੰ ਕਿਹਾ ਕਿ ਤੂੰ ਦਮ ਦਮ ਆ ਦਮ ਦਮ ਕਰ ਤੇ ਅਸੀਂ ਜਿਹੜੇ ਆ ਨਾ ਬਾਕੀ ਕੰਮ ਸਮੇਟ ਲਏ ਤੇ ਬਾਕੀ ਕੰਮਾਂ ਚ ਕੀ ਸੀ ਜੀ ਰਸ਼ੀਅਨ ਸੈਲਡ ਦਾ ਜਿਹੜਾ ਸੀ ਔ ਮਾਇਨਿਸ ਤੇ ਜਿਹੜੇ ਸੀ ਨਾ ਕਰੀਮ ਵਗੈਰਾ ਮਿਕਸ ਕਰਨੀ ਸੀ ਤੇ ਕੁੜੀਆਂ ਜਿਹੜੀ ਹੈ ਨਾ ਅੱਧੀ ਕਰੀਮ ਤੇ ਆਪਣੀ ਉੱਤੇ ਹੀ ਡੋਲ ਲਈ ਸੀ ਤੇ ਬਸ ਡਾਂਸ਼ਣ ਖਾਣ ਤੋਂ ਬਾਅਦ ਜਿਹੜਾ ਫਿਰ ਅਸੀਂ ਜਰਾ ਆਪੇ ਸਾਰੇ ਕੰਮ-ਸ਼ਮ ਕੀਤੇ ਤੇ ਜਿਹੜਾ ਨਾ ਚਾਵਲਨ ਉੱਥੇ ਦਾਮ ਹੋ ਚੁੱਕਿਆ ਸੀ ਦੇਖੋ ਕਿੰਨਾ ਜ਼ਬਰਦਸਤ ਸੜਮਤੰਜਨ ਜਿਹੜਾ ਹੈ ਉਹ ਬਣ ਕੇ ਰੈਡੀ ਹੋ ਚੁੱਕਿਆ ਹੈ ਤੇ ਜਿਹੜਾ ਇਹ ਇਹਨਾਂ ਨੂੰ ਹੁਣ ਡਿਸ਼ਆਊਟ ਕਰਨ ਦਾ ਟਾਈਮ ਹੋ ਗਿਆ ਕਿਉਂਕਿ ਮਹਿਮਾਨ ਆ ਚੁੱਕੇ ਨੇ ਤੇ نیچے ਬਾਰਬੀਕਿਊ ਦਾ ਜਿਹੜਾ ਸੈਟਅਪ ਏ ਉਹ ਵੀ ਲੱਗ ਚੁੱਕਿਆ ਹੈ ਉਹ ਵੀ ਮੈਂ ਤੁਹਾਨੂੰ ਦਿਖਾਉਂਦੀ ਹਾਂ ਤੇ ਇੱਥੇ ਜਿਹੜਾ ਰਸ਼ੀਅਨ ਸੈਲਡ ਦੇ ਜਿਹੜੇ ਨਜ਼ਾਰੇ ਨੇ ਤੁਸੀਂ ਫ੍ਰਿਜ ਵਿੱਚੋਂ ਜਿਹੜਾ ਇਹਨਾਂ ਮਲਾਇਜ਼ਾ ਕਰੋ ਕਿਉਂਕਿ ਤੁਹਾਨੂੰ ਮੈਂ ਮਿਕਸ ਕਰਦੇ ਆ ਬਿਲਕੁਲ ਵੀ ਨਹੀਂ ਵਹਾ ਸਕੀ ਤੇ ਨਾਲ ਇੱਥੇ ਜਿਹੜਾ ਕਸਟਰਡ ਬਣਾਇਆ ਸੀ ਉਹਦੇ ਵੀ ਕਲਿੱਪ ਵੇਖ ਲਓ ਅੱਛਾ ਜੀ ਇੱਥੇ ਜੀ ਮਹਿਮਾਨ ਆ ਚੁੱਕੇ ਨੇ ਤੇ ਟੈਰਸ ਵੱਲ ਚੱਲਦੇ ਆ ਤੇ ਤੁਹਾਨੂੰ ਮੈਂ ਵਹਾਨੀ ਆ ਕਿ सेटअप ज कितना ही ज़बरदस्त जड़ा है वो लग चुकया है बारबी क्यू का अच्छा बड़ी ज़बरदस्त ये दावत रही थी बहुत मज़ा आया था क्लिप बहुत थोड़े मैंने शूट किए थे बड़ा मसरूफ़ दिन गुज़रा था हमारा और यहाँ पर देख लीजिए खाना शाना लग चुका है बारबिक्यू फ्रेश वो सर्व करते जा रहे थे साथ कोल्ड ड्रिंक थी नान थे रायता था रशियन सैलड था मतंजन था बारबिक्यू में जो है वो सीख कबाब थे चिकन टिक्का था और इसके अलावा जो था ना वो मलाई बोटी थी और बहुत ज़बरदस्त ये जो था ना मेन्यू था इसमें हमने कोई बिरयानी कोई कौरमे शोरमे नहीं थे बनाए हुए और सब ने बहुत ही शौक से बड़े तरीके से ये थोड़े से दिन के क्लिप हैं जब उन्होंने स्टार्ट किया था बनाना तो ये मैंने यहाँ पे लगा दिए हैं ये देखें कितना ज़बरदस्त अच्छा यहाँ पर मुझे इनकी लोकेशन नहीं पता कि ये भाई लोगों ने कहाँ से इनको ऑर्डर दिया था ये इनकी जो शॉप है वो कहाँ पर है लेकिन बड़ा ज़बरदस्त और ज़बरदस्त ये जो है ना सारा मज़ेदार बनता है और अच्छा रहता है अच्छा इसके बाद जी हमने खाना छाना खाने के बाद जो है वो थोड़े मीठे की बारी आई और मीठे के साथ-साथ चाय-शाय बनाई चाय एंजॉय की वो मेहमान सारे चले गए थे चाय-शाय पीने के बाद चलो जी छोटा दे व्लॉग ਤੁਹਾਨੂੰ ਪਸੰਦ ਆਇਆ ਹੋਏਗਾ ਤੇ ਜੇਕਰ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਹੋ ਤੇ ਚੈਨਲ ਚ ਨਵੇਂ ਉਹਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ ਤੇ ਕਮੈਂਟ ਬਾਕਸ ਦੱਸਿਆ ਕਰੋ ਕਿ ਵੀਡੀਓ कैसी लग रही है चलो जी मिलेंगे फिर इंशाल्लाह